हाँ जी, सत श्री अकाल जी सारिआं नूं। होप ते सारे वधिया होवोंगे। गुड मॉर्निंग हो गई साडी, पर थोड़ी लेट हुई आ 10:30 बजे। अज मेरे नाल आ तरुण ने वरुण, ते फिलहाल आपां जा रहे हाँ ब्रेकफास्ट करन, मैकडी जा रहे हाँ ब्रेकफास्ट करन, ते उस तो बाद आपां जावांगे हार्टफोर्डशायर यूनिवर्सिटी। अज आपां इहदी इनरोलमेंट करावांगे, इहदा BRP कलैक्ट करांगे। मिलदे हाँ ब्रेकफास्ट तो बाद। ब्रेकफास्ट डन, हुण आपां जा रहे हाँ BRP कलैक्ट करन लई। इदां दी ईमेल आउंदी हुंदी आ BRP कलैक्शन लई। ਇਹ ਕਿਸੇ ਪੋਸਟ ਆਫਿਸ ਦਾ ਐਡਰੈਸ ਆ ਨੀਅਰ ਬਾਏ ਸਿਟੀ ਸੈਂਟਰ 'ਚ। ਹਾਂ ਦੇਖੋ, ਹੈਟਫੀਲਡ ਦਾ ਸਿਟੀ ਸੈਂਟਰ, ਕੁਛ ਨਹੀਂ ਹੈਗਾ ਇੱਥੇ, ਖਾਲੀ ਆ ਪੂਰਾ। ਹਾਂ ਬਸ ਇੰਨਾ ਕੀ ਸਿਟੀ ਸੈਂਟਰ ਆ ਇੱਥੇ ਇਹਨਾਂ ਦਾ, ਉੱਥੋਂ ਸ਼ੁਰੂ ਹੁੰਦਾ ਉਹ ਖਤਮ ਹੋ ਗਿਆ। ਮਤਲਬ ਬਹੁਤ ਛੋਟਾ ਜਿਹਾ ਟਾਊਨ ਸੈਂਟਰ ਆ ਇਹਨਾਂ ਦਾ। ਇੱਥੇ ਰੈਸਟੋਰੈਂਟਸ ਨੇ, ਫਾਰਮੇਸੀ ਨੇ, ਬਾਕੀ ਹੋਰ ਸਟੋਰਸ ਨੇ, ਸ਼ੋਪਿੰਗ ਮਾਰਟਸ। ਇੱਥੇ ਦਾ ਸਿਟਿੰਗ ਏਰੀਆ, ਉਹ ਸਾਹਮਣੇ ਪੋਸਟ ਆਫਿਸ ਆ ਜਿੱਥੇ ਆਪਾਂ ਜਾਣਾ। ਪੋਸਟ ਆਫਿਸ ਲੱਭਣਾ ਬੜਾ ਈਜ਼ੀ ਸੀ ਕਿਉਂਕਿ ਇੱਥੇ ਸਿਟੀ ਸੈਂਟਰ 'ਚ ਇਕੱਲਾ ਇੱਕੋ ਹੀ ਪੋਸਟ ਆਫਿਸ ਆ। BRP ਮਿਲਿਆ ਨਹੀਂ? ਹਾਂਜੀ, ਹੁਣ ਆਪਾਂ ਇਹਦੀ ਯੂਨੀਵਰਸਿਟੀ ਜਾ ਰਹੇ ਹਾਂ। ਆਪਾਂ ਪਹੁੰਚ ਗਏ ਹਾਂ ਯੂਨੀਵਰਸਿਟੀ ਹਾਰਟਫੋਰਡਸ਼ਾਇਰ। ਬਾਕੀ ਅੱਜ ਵੈਦਰ ਫਿਰ ਖਰਾਬ ਹੋ ਗਿਆ, ਮੀਂਹ ਆ ਰਿਹਾ, ਭੱਜ ਕੇ ਜਾ ਰਹੇ ਹਾਂ ਯੂਨੀਵਰਸਿਟੀ ਦਾ ਟੂਰ ਕਰਨ। ਹਾਰਟਫੋਰਡਸ਼ਾਇਰ ਯੂਨੀਵਰਸਿਟੀ ਪਹੁੰਚ ਗਏ ਹਾਂ ਅਤੇ ਮੀਂਹ ਬਹੁਤ ਤੇਜ਼ ਆ। ਇਹ ਐਂਟਰੈਂਸ ਆ ਯੂਨੀਵਰਸਿਟੀ ਦੀ, ਅਤੇ ਆ ਯੂਨੀਵਰਸਿਟੀ ਦਾ ਮੈਪ। ਆਪਾਂ ਇਸ ਟਾਈਮ ਇੱਥੇ ਹਾਂ ਅਤੇ ਆ ਸਾਰੇ ਬਲੋਕਸ ਨੇ ਅਲੱਗ ਅਲੱਗ ਕੋਰਸਿਸ ਦੇ ਹਿਸਾਬ ਨਾਲ। ਬਾਕੀ ਇਹਨਾਂ ਦੇ ਦੋ ਕੈਂਪਸ ਨੇ, ਇਹ ਹੈਗਾ ਦਾ ਹੈਵੀਲੈਂਡ ਕੈਂਪਸ, ਇੱਕ ਹੋਰ ਆ ਜੋ ਕਿ ਇੱਥੋਂ 0.5 ਮਾਈਲ 'ਤੇ ਆ। ਜਿਹੜਾ ਦੂਸਰਾ ਕੈਂਪਸ ਆ, ਆਪਾਂ ਫਿਲਹਾਲ ਇੱਥੇ ਹਾਂ, ਜਿਹੜਾ ਦੂਸਰਾ ਕੈਂਪਸ ਆ ਰਾਊਂਡ ਵਰਲਡ ਕਰੋਸ ਕਰਕੇ ਇੱਧਰਲੀ ਸਾਈਡ ਆ। ਚਲੋ ਐਂਟਰ ਕਰਦੇ ਹਾਂ, ਅੰਦਰ ਦੇਖਦੇ ਹਾਂ ਇਨਰੋਲਮੈਂਟ ਦਾ ਪ੍ਰੋਸੈਸ ਕੀ ਆ। ਅਤੇ ਮੀਂਹ ਨੇ ਕੰਮ ਖਰਾਬ ਕਰਤਾ। ਆ ਸਾਹਮਣੇ ਲੋਅ ਵਾਲਿਆਂ ਦਾ ਬਲੋਕ ਆ। ਬਾਕੀ ਬਾਹਰੋਂ ਦੇਖਣ ਨੂੰ ਲੱਗਦਾ ਜਿੱਦਾਂ ਬਹੁਤ ਛੋਟੀ ਯੂਨੀਵਰਸਿਟੀ ਆ, ਪਰ ਅੰਦਰ ਦੀ ਅੰਦਰ ਕਿੰਨੇ ਇੱਦਾਂ ਅਲੱਗ ਅਲੱਗ ਬਲੋਕਸ ਬਣੇ ਹੋਏ ਆ, ਰਸਤੇ ਜਾ ਰਹੇ ਆ। ਆ ਇਹਨਾਂ ਦਾ ਰਿਸੈਪਸ਼ਨ ਆ, ਸਭ ਤੋਂ ਐਂਟਰ ਹੁੰਦੇ ਹੀ ਸਭ ਤੋਂ ਪਹਿਲਾਂ ਰਿਸੈਪਸ਼ਨ ਆਉਂਦੀ ਆ। ਰਿਸੈਪਸ਼ਨ ਦੀ ਐਂਟਰੈਂਸ, ਉੱਪਰ ਫਲੈਗਸ ਲੱਗੇ ਆ ਸਾਰੀ ਕੰਟਰੀਆਂ ਦੇ। ਯੂਨੀਵਰਸਿਟੀ ਦੇ ਅੰਦਰ ਆਡੀਟੋਰੀਅਮ, ਇਹ ਥੀਏਟਰ ਹੋਣਾ ਜਿੱਥੇ ਇਹਨਾਂ ਦੇ ਫੰਕਸ਼ਨਸ ਵਗੈਰਾ ਹੋਊਗੇ, ਬਾਕਸ ਆਫਿਸ। ਅੰਦਰ ਐਂਟਰ ਹੁੰਦੇ ਸਾਰੀ ਇੱਥੇ ਇਨਕੁਆਇਰੀ ਆਫਿਸ, ਇੱਥੇ ਤੁਸੀਂ ਆਪਣੇ ਕੁਐਸਚਨਸ ਰੱਖ ਸਕਦੇ ਹੋ। ਸਾਰੇ ਇਹਨਾਂ ਦੀਆਂ ਅਕੋਮੋਡੇਸ਼ਨਸ ਨੇ। ਹਾਂ ਇੱਧਰ ਇੱਕ ਇਨਰੋਲਮੈਂਟ ਵਾਲਾ ਬਲੋਕ ਸੀ, ਬਾਕੀ ਸਾਰੇ ਅਕੋਮੋਡੇਸ਼ਨਸ ਨੇ। ਹਾਰਟਫੋਰਡ ਸਪੋਰਟਸ ਵਿਲੇਜ ਕੁਛ। ਹਾਂ ਇੱਥੇ ਦੀ ਕੰਟੀਨ ਆ। ਰੈਸਟੋਰੈਂਟ ਦੇਖ ਲਿਆ ਇਹਨਾਂ ਦਾ, ਸਵੀਮਿੰਗ ਪੂਲ। ਇਹ ਪੂਰੀ ਬਿਲਡਿੰਗ ਇਹਨਾਂ ਦੇ ਸਪੋਰਟਸ ਦੀ ਆ, ਵਿੱਚ ਸਵੀਮਿੰਗ ਪੂਲ, ਜਿਮ ਵਗੈਰਾ ਸਾਰਾ ਕੁਛ ਆ। ਹਾਂ ਅੰਦਰ ਅਗੇਨ ਕੰਟੀਨ, ਉਹ ਸਾਹਮਣੇ ਰੌਕ ਕਲਾਈਮਿੰਗ। ਇਹਦੇ ਅੰਦਰ ਸਵੀਮਿੰਗ ਪੂਲ ਆ, ਜਿਮ ਆ, ਰੌਕ ਕਲਾਈਮਿੰਗ ਆ, ਅਤੇ ਇਹਨਾਂ ਦੀ ਸਟੂਡੈਂਟਸ ਮੈਂਬਰਸ਼ਿਪ ਲੈ ਸਕਦੇ ਆ। ਆਹ ਸੀਗਾ ਸਾਰੀ ਯੂਨੀਵਰਸਿਟੀ ਦਾ ਟੂਰ ਮੇਨ। ਮਤਲਬ ਇੱਥੇ 2-3 ਬਲੋਕਸ ਨੇ, ਇੱਕ ਆਹ ਬਿਲਡਿੰਗ ਆ, ਇੱਕ ਇਨਰੋਲਮੈਂਟ ਵਾਲੀ ਆ, ਅਤੇ ਇਸ ਤੋਂ ਬਾਅਦ ਜਿਹੜੀ ਇੱਕ ਪਿੱਛੇ ਦਿਖਾਈ ਤੁਹਾਨੂੰ ਉਹ ਜਿਮ ਆ, ਸਪੋਰਟਸ ਬਿਲਡਿੰਗ ਆ ਪੂਰੀ, ਅਤੇ ਹੈਗੀ ਇੰਟਰਪ੍ਰਾਈਜ਼ ਬਿਲਡਿੰਗ। ਇਹਦੇ ਅੰਦਰ ਵੀ ਐਕਟੀਵਿਟੀਜ਼ ਹੋਣਗੀਆਂ ਸਟੂਡੈਂਟ, ਜਿੱਦਾਂ ਕੰਟੀਨ ਵਗੈਰਾ। ਬਾਕੀ ਉਹ ਪਿੱਛੇ ਜਿੰਨੇ ਵੀ ਤੁਹਾਨੂੰ ਦਿਖ ਰਹੇ ਨੇ ਉਹ ਸਾਰੇ ਅਕੋਮੋਡੇਸ਼ਨਸ। 3-4 ਬਲੋਕ ਨੇ, ਇੱਕ ਬਲੋਕ ਰਾਊਂਡ ਅਬਾਊਟ ਪਾਰ ਕਰਕੇ ਪਰਲੀ ਸਾਈਡ ਆ,
ਅਤੇ ਬਾਕੀ ਪਿੱਛੇ ਅਕੋਮੋਡੇਸ਼ਨਸ ਨੇ, ਅਕੋਮੋਡੇਸ਼ਨਸ ਇਹਨਾਂ ਦੀਆਂ ਕਾਫੀ ਮਹਿੰਗੀਆਂ ਹੁੰਦੀਆਂ, ਅਫੋਰਡੇਬਲ ਨਹੀਂ ਹੈਗੀਆਂ, 1000 ਪਰ ਮੰਥ, ਉਹ ਵੀ ਵਿਦਾਊਟ ਮੇਲ ਹੋਊਗਾ। ਬਾਕੀ ਇੱਥੇ ਵਰੁਣ ਨੂੰ ਤਾਂ ਯਾਰ ਦੋਸਤ ਮਿਲ ਗਏ ਆ ਦੋ ਤਿੰਨ, ਇਹਨਾਂ ਨਾਲ ਕੰਟੈਕਟ ਸ਼ੇਅਰ ਕਰ ਲਿਆ। ਤੁਸੀਂ ਵੀ ਇੱਦਾਂ ਕਰਿਆ ਕਰੋ, ਜਦੋਂ ਵਿਜ਼ਿਟ ਕਰਨ ਆਉਂਦੇ ਹੋ ਜਿਹੜੇ ਮਿਲਦੇ ਹੋ ਉਹਨਾਂ ਨਾਲ ਕੰਟੈਕਟ ਸ਼ੇਅਰ ਕਰ ਲਏ, ਅਤੇ ਫਿਰ ਹੈਲਪ ਹੋ ਜਾਂਦੀ ਕਾਫੀ। ਹੁਣ ਜਿੱਦਾਂ ਇਹਨਾਂ ਨਾਲ ਕੰਟੈਕਟ ਸ਼ੇਅਰ ਕੀਤਾ, ਇਹਨਾਂ 'ਚੋਂ ਇੱਕ ਮੁੰਡਾ ਅਕੋਮੋਡੇਸ਼ਨ ਦੇਖਣ ਜਾ ਰਿਹਾ ਸੀ ਕੱਲ੍ਹ ਲਿਊਟਨ, ਅਤੇ ਉਹਨੂੰ ਮਿਲ ਗਈ ਸੀ, ਅਤੇ ਹੁਣ ਜਿਹੜਾ ਸਾਡਾ ਦੋਸਤ ਆ ਇਹਦੀ ਵੀ ਵਿੱਚ ਹੈਲਪ ਹੋ ਜੂਗੀ। ਛੋਟੀ ਜਿਹੀ ਯੂਨੀਵਰਸਿਟੀ ਆ, ਛੋਟਾ ਜਿਹਾ ਟਾਊਨ ਆ, ਸਿਟੀ ਤੋਂ ਬਹੁਤ ਜ਼ਿਆਦਾ ਦੂਰ ਆ, ਅਤੇ ਇਹਨਾਂ ਦਾ ਜਿਹੜਾ ਟਾਊਨ ਸੈਂਟਰ ਆ ਉੱਥੇ ਵੀ ਮਤਲਬ ਇੰਨਾ ਖਾਸ ਕੁਛ ਹੈ ਨਹੀਂ। ਸਟੱਡੀ ਤਾਂ ਚਲੋ ਵਧੀਆ ਹੋਊਗੀ, ਪਰ ਸਟੱਡੀ ਕਰਕੇ ਵੀ ਉਦੋਂ ਮਜ਼ਾ ਆਉਂਦਾ ਨਾ ਜਦੋਂ ਸਾਰਾ ਕੁਛ ਹੋਵੇ ਨਾਲ, ਮਾਹੌਲ ਵਧੀਆ ਹੋਵੇ। ਮਤਲਬ ਬਹੁਤ ਜ਼ਿਆਦਾ ਸਾਈਡ 'ਤੇ ਆ। ਜੇ ਅਸੀਂ ਯੂਨੀਵਰਸਿਟੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਜੇ ਆਪਾਂ ਇੱਥੋਂ ਲੰਡਨ ਨੂੰ ਵੀ ਜਾਣਾ, ਉਹਦੇ ਲਈ ਵੀ ਆਪਾਂ ਨੂੰ 2 ਬੱਸਾਂ ਚੇਂਜ ਕਰਨੀਆਂ ਪੈਣੀਆਂ, ਫਿਰ ਇੱਕ ਟ੍ਰੇਨ ਲੈਣੀ ਪੈਣੀ ਆ। ਮਤਲਬ ਜੇ ਲੰਡਨ ਤੱਕ ਵੀ ਜਾਣਾ, ਜੋ ਕਿ ਇੱਥੋਂ ਇਕੱਲਾ 40 ਮਾਈਲ ਆ, ਅਤੇ ਉੱਥੇ ਜਾਣ ਲਈ ਵੀ ਆਪਾਂ ਨੂੰ ਮਤਲਬ 2-3 ਟਰਾਂਸਪੋਰਟ ਬਦਲਣੇ ਪੈਣੇ ਆ। ਬਾਕੀ ਜਿਹੜੇ ਬੰਦੇ ਨੇ ਇੱਥੇ ਸਟੱਡੀ ਕਰਨੀ ਆ ਉਹਦਾ ਰਿਵਿਊ ਵੀ ਲੈ ਲਈਏ। ਔਰ ਕਿੱਦਾਂ ਦੀ ਲੱਗੀ ਯੂਨੀਵਰਸਿਟੀ? ਯੂਨੀਵਰਸਿਟੀ ਤਾਂ ਠੀਕ ਹੈ, ਮਤਲਬ ਠੀਕ ਹੈ, ਬਟ ਟਾਊਨ ਹੈ, ਛੋਟਾ ਟਾਊਨ ਹੈ, ਜ਼ਿਆਦਾ ਬੜਾ ਟਾਊਨ ਨਹੀਂ। ਅਤੇ ਅਕੋਮੋਡੇਸ਼ਨ ਦਾ ਵੀ ਕਾਫੀ ਚੱਕਰ ਆ ਨਾ? ਹਾਂ, ਕਾਫੀ ਪੰਗਾ, ਕਾਫੀ ਮਤਲਬ ਦੂਰਨਾ ਪੜੇਗਾ ਅਕੋਮੋਡੇਸ਼ਨ ਦੇਣ ਲਈ। ਮੈਨੂੰ ਮੇਨ ਪੁਆਇੰਟ ਪਤਾ ਕੀ ਲੱਗਿਆ ਗਲਤ? ਕੋਈ ਸਿੱਧੀ ਮਤਲਬ ਡਾਇਰੈਕਟ ਟਰਾਂਸਪੋਰਟੇਸ਼ਨ ਦਾ ਸਿਸਟਮ ਨਹੀਂ ਹੈਗਾ। ਬਾਕੀ ਜੇ ਰਹੀ ਗੱਲ ਜੋਬ ਦੀ, ਅੱਜ ਮੇਰਾ ਇੱਥੇ 2nd day ਆ, ਅਤੇ ਮੈਨੂੰ ਹੁਣ ਤੱਕ ਇੱਥੇ ਕੁਛ ਵੀ ਨਹੀਂ ਦਿਖਿਆ ਕਿ ਜਿੱਥੇ ਤੁਸੀਂ ਸਟੂਡੈਂਟਸ ਜੋਬ ਕਰ ਸਕਦੇ ਹੋ। ਇੱਥੋਂ ਜੋਬ ਕਰਨ ਲਈ ਤੁਹਾਨੂੰ ਜਾਣਾ ਪੈਣਾ ਲੰਡਨ, ਤਾਂ ਇਸ ਕਰਕੇ ਇਹਦੇ ਨਾਲੋਂ ਬੈਟਰ ਆਪਸ਼ਨ ਆ ਕਿ ਤੁਸੀਂ ਲੰਡਨ ਸਟੇਅ ਕਰੋ, ਲੰਡਨ ਤੋਂ ਇੱਥੇ ਆਓ। ਜਿੱਦਾਂ ਤੁਹਾਡੀਆਂ ਕਲਾਸਾਂ 2 ਦਿਨ ਆ, ਤਾਂ ਤੁਹਾਡੇ ਲਈ ਲੰਡਨ ਬੈਟਰ ਆਪਸ਼ਨ ਆ ਰਹਿਣ ਲਈ। ਉੱਥੇ ਜੋਬਸ ਵੀ ਤੁਹਾਨੂੰ ਮਿਲੂਗੀਆਂ। ਬਾਕੀ ਇੱਥੇ ਸਟੂਡੈਂਟਸ ਮਿਲੇ ਸੀ ਜਿਹੜੇ ਹੋਰ 2-3, ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਅਤੇ ਉਹ ਕਹਿੰਦੇ ਇੱਥੇ ਲਿਊਟਨ ਰਹਿ ਰਹੇ ਹਾਂ, ਅਤੇ ਮਤਲਬ ਉਹ ਵੀ ਆਪਸ਼ਨ ਹੈਗਾ ਤੁਹਾਡੇ ਕੋਲ ਰਹਿਣ ਲਈ। ਉਹ ਕਹਿੰਦਾ ਉੱਥੇ ਜੋਬ ਵੀ ਆ, ਅਤੇ ਉੱਥੇ ਤੁਹਾਡਾ ਰੈਂਟ ਵੀ £300 ਆ ਮੰਥਲੀ। ਇਹ ਮੇਰੇ ਹਿਸਾਬ ਨਾਲ ਸਹੀ ਆਪਸ਼ਨ ਆ ਤੁਹਾਡੇ ਸਟੂਡੈਂਟਸ ਲਈ ਰਹਿਣ ਲਈ। ਚਲੋ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ। ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵੀਡੀਓ 'ਚ ਕੁਛ ਵੀ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ, ਐਂਡ ਮੇਕ ਸ਼ੋਰ ਟੂ ਸਬਸਕ੍ਰਾਈਬ ਮਾਈ ਚੈਨਲ ਰੋਬਿਨ ਮੇਰਾ ਵਲੋਗਸ।